ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਵਿੰਦਰ ਕੌਰ ਹੈ ਜੀ ਮੈਂ ਕਪੂਰਥਲੇ ਤੋਂ ਆ ਹਾਂਜੀ ਕੀ ਆਪਣਾ ਚਮਤਕਾਰ ਵੇਖਿਆ ਤੁਸੀਂ ਗੁਰੂ ਰਾਮਦਾਸ ਜੀ ਨੇ ਮੇਰੇ ਸਿਰ ਤੇ ਬਹੁਤ ਵੱਡਾ ਚਮਤਕਾਰ ਕੀਤਾ ਜੀ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਮੈਨੂੰ ਕੈਂਸਰ ਦਾ ਵੀ ਭਿਆਨਕ ਇੱਕ ਰੋਗ ਲੱਗ ਚੁੱਕਾ 8 ਸਾਲ ਪੁਰਾਣਾ ਸੀ ਜੀ ਜਿਸ ਦਿਨ ਮੇਰਾ ਬੇਟਾ ਮੈਨੂੰ ਲੈ ਕੇ ਗਿਆ ਤੇ ਉਹਨਾਂ ਨੂੰ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਵੀ ਪ੍ਰੋਬਲਮ ਆ ਚੁੱਕੀ ਹੈ ਮੇਰਾ ਬੇਟਾ ਮੈਨੂੰ ਉਸੇ ਟਾਈਮ ਗੁਰੂ ਰਾਮਦਾਸ ਜੀ ਦੇ ਘਰ ਲੈ ਕੇ ਆਇਆ ਔਰ ਅਰਦਾਸ ਕੀਤੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਔਰ ਅਰਦਾਸ ਕੀਤੀ ਤੇ ਗੁਰੂ ਰਾਮਦਾਸ ਜੀ ਨੇ ਮੈਨੂੰ 3 ਮਹੀਨਿਆਂ 'ਚ ਮੇਰੇ ਕੈਂਸਰ ਦੇ ਰੋਗ ਤੋਂ ਮੈਨੂੰ ਠੀਕ ਕਰ ਦਿੱਤਾ ਔਰ ਮੇਰੇ ਸਰਬਣ ਪੁੱਤ ਨੇ ਮੇਰੀ ਬੇਂਗੀ ਚੱਕ ਕੇ ਤੇ ਮੇਰਾ ਇਲਾਜ ਕਰਾਇਆ ਦਿਨ ਰਾਤ ਉਹਨੇ ਮੇਰੀ ਸੇਵਾ ਕੀਤੀ ਗੁਰੂ ਰਾਮਦਾਸ ਹੋਸਪਿਟਲ ਕਦੀ ਕੈਪੀਟਲ ਹੋਸਪਿਟਲ ਲੈ ਕੇ ਗਿਆ ਔਰ ਕੈਪੀਟਲ ਹੋਸਪਿਟਲ ਵਾਲਿਆਂ ਨੇ ਕਿਹਾ ਵੀ ਪਹਿਲਾ ਮਰੀਜ਼ ਆ ਜਿਹੜਾ 8 ਸਾਲ ਪੁਰਾਣਾ ਦੁੱਖ ਹੋਵੇ ਵੀ ਇਹ 3 ਮਹੀਨਿਆਂ 'ਚ ਠੀਕ ਹੋ ਗਿਆ ਔਰ ਅੱਜ ਗੁਰੂ ਰਾਮਦਾਸ ਹੋਸਪਿਟਲ ਵਾਲਿਆਂ ਨੇ ਵੀ ਮੇਰੇ ਟੈਸਟ ਕੀਤੇ ਮੇਰਾ ਬਿਲਕੁਲ ਠੀਕ ਆ ਗਿਆ ਜੀ ਮੈਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਆਈ ਹਾਂ ਵੀ ਉਹਨੇ ਮੇਰੇ 'ਤੇ ਇੰਨੀ ਅਪਾਰ ਕਿਰਪਾ ਕਰਕੇ ਮੈਨੂੰ ਠੀਕ ਕਰ ਦਿੱਤਾ ਮੈਂ ਮੇਰੇ ਫਿਰ ਤੰਦਰੁਸਤ ਠੀਕ ਹੋ ਗਈ ਮੇਰੇ 'ਤੇ ਉਹਨਾਂ ਨੇ ਇੰਨਾ ਅਪਾਰ ਕਿਰਪਾ ਜੀ ਮੈਨੂੰ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਵਾਰ ਸੰਗਤ ਨੂੰ ਜੀ ਮੈਂ ਇਹੀ ਕਹਿੰਦਿਆ ਚਾਹੁੰਦੀ ਹਾਂ ਜੀ ਗੁਰੂ ਰਾਮਦਾਸ ਜੀ ਤੋਂ ਵੱਡਾ ਕੋਈ ਨਹੀਂ ਹੈ ਇਹਦੇ ਚਰਨਾਂ 'ਚ ਅਰਦਾਸ ਕਰੋ ਗੁਰੂ ਰਾਮਦਾਸ ਤੇਰੀ ਆਸ ਸਾਨੂੰ ਕਰੀ ਨਾ ਮਥਾਸ ਗੁਰੂ ਰਾਮਦਾਸ ਸਾਡੀ ਤੇਰੇ 'ਤੇ ਆਸ ਸਾਨੂੰ ਕਰੀ ਨਾ ਕਰੀ ਮਥਾਸ ਸਾਡੀ ਗਰੀਬਾਂ ਦੀ ਰੱਖੀ ਲਾਜ ਉਹਨੇ ਮੇਰੀ ਗਰੀਬਣੀ ਦੀ ਲਾਜ ਰੱਖੀ ਮੈਂ ਇਸ ਤੋਂ ਵੱਧ ਕੁਛ ਨਹੀਂ ਕਹਿਣਾ ਚਾਹੁੰਦੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹਾਂਜੀ ਗੁਰਪ੍ਰੀਤ ਸਿੰਘ ਤੁਹਾਡੇ ਸਿੰਘ ਜੀ ਦਾ ਕੀ ਨਾਮ ਹੈ ਦਵਿੰਦਰ ਕੌਰ ਆ ਜੀ ਅੱਜ ਕੀ ਆਪਣਾ ਹੋਇਆ ਸੀ ਦੱਸੋਗੇ ਜਿਹੜਾ ਇਹਨਾਂ ਨੂੰ 3.5 ਮਹੀਨੇ ਪਹਿਲਾਂ ਤਕਲੀਫ ਹੋਈ ਅਤੇ ਫਿਰ ਅਸੀਂ ਡਾਕਟਰ ਕੋਲ ਲੈ ਕੇ ਗਏ ਉਹ ਡਾਕਟਰ ਨੇ ਸਾਨੂੰ ਦੱਸਿਆ ਕਿ ਇਹਨਾਂ ਨੂੰ ਕੈਂਸਰ ਦੀ ਸ਼ਿਕਾਇਤ ਆ ਉਸੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹਨਾਂ ਨੂੰ ਅੱਜ ਦਾ ਕੈਂਸਰ ਨਹੀਂ ਹੈਗਾ ਤਕਰੀਬਨ 8 ਸਾਲ ਪਹਿਲਾਂ ਦਾ ਕੈਂਸਰ ਆ ਅਤੇ ਫਿਰ ਉਹਨਾਂ ਨੇ ਟੈਸਟ ਭੇਜਿਆ ਉਹ ਰਿਪੋਰਟ ਆਈ ਜਦੋਂ ਪਤਾ ਲੱਗਿਆ ਕਿ ਕੈਂਸਰ ਹੈਗਾ ਮੈਨੂੰ ਕਹਿੰਦੇ ਜੀ ਇਹਨਾਂ ਨੂੰ ਤੁਰੰਤ ਲੈ ਜਾਓ ਅਤੇ ਅਸੀਂ ਪਹਿਲਾਂ ਹੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਅਤੇ ਫਿਰ ਅਸੀਂ ਗੁਰੂ ਰਾਮਦਾਸ ਹੋਸਪਿਟਲ ਲੈ ਕੇ ਗਏ ਕਿਉਂਕਿ ਮੇਰਾ ਵਿਸ਼ਵਾਸ ਸੀਗਾ ਕਿ ਮੈਂ ਇੱਥੋਂ ਖਾਲੀ ਹੱਥ ਨਹੀਂ ਜਾਊਂਗਾ ਡਾਕਟਰ ਤਾਂ ਬੜੇ ਹੋਰ ਹੈਗੇ ਆ ਬੜਿਆਂ ਨੇ ਸਲਾਹਾਂ ਦਿੱਤੀਆਂ ਫਲਾਣੇ ਡਾਕਟਰ ਕੋਲ ਲੈ ਜਾਓ ਜੰਮੂ ਲੈ ਜਾਓ ਫਲਾਣੀ ਜਗ੍ਹਾ ਲੈ ਜਾਓ ਫ੍ਰੀ 'ਚ ਇਲਾਜ ਕਰਦੇ ਆ ਮੈਂ ਕਹਿੰਦੀ ਮੈਂ ਕਿਤੇ ਨਹੀਂ ਜਾਣਾ ਕਿਉਂਕਿ ਮੇਰਾ ਵਿਸ਼ਵਾਸ ਇੰਨਾ ਕਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਕਿ ਮੈਨੂੰ ਪਤਾ ਸੀ ਕਿ ਇੱਥੋਂ ਠੀਕ ਹੋ ਗਏ ਅਸੀਂ ਆਵਾਂਗੇ ਅਤੇ ਅੱਜ ਮੇਰੀ ਸਿੰਘਣੀ ਐਨ ਠੀਕ ਆ ਪੂਰੀ 3 ਮਹੀਨਿਆਂ ਦੇ ਵਿੱਚ ਇਸ ਤੋਂ ਵੱਡੀ ਕੋਈ ਚਮਤਕਾਰ ਨਹੀਂ ਹੋ ਸਕਦਾ ਕਿ ਜਿਹਦਾ ਕੈਂਸਰ ਦਾ ਇਲਾਜ ਹੋ ਜਾਵੇ ਮੈਂ ਨਹੀਂ ਅੱਜ ਤੱਕ ਦੇਖਿਆ ਕਿ ਜਿਹਦਾ 3 ਮਹੀਨਿਆਂ 'ਚ ਇਲਾਜ ਕੈਂਸਰ ਦਾ ਹੋ ਗਿਆ ਹੋਵੇ ਅੱਜ ਰਿਪੋਰਟਾਂ ਕਰਾ ਕੇ ਆਏ ਡਾਕਟਰ ਕੋਲ ਆਏ ਹਾਂ ਉਹ ਕਹਿੰਦੇ ਜੀ ਬਿਲਕੁਲ ਠੀਕ ਆ ਇਸ ਕਰਕੇ ਅਸੀਂ ਗੁਰੂ ਸਾਹਿਬ ਦੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਣ ਆਏ ਹਾਂ ਅਤੇ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਹਾਂ ਕਿ ਤੁਹਾਡਾ ਬਹੁਤ ਬਹੁਤ ਕਿਰਪਾ ਹੋਈ ਆ ਅਤੇ ਅਸੀਂ ਰਾਜੀ ਖੁਸ਼ੀ ਆ ਮੇਰੀ ਸਿੰਘਣੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ